कोरोना वायरस के चलते पंजाब में चल रहा कर्फ्यू अब 1 मई तक बढ़ा दिया गया है। वहीं जनता को घर में रहने और सोशल डिस्टेंस बनाने रखने के लिए आज मोगा पुलिस की ओर से एसपीडी हरिंदर पाल सिंह की अगुवाई में जिला पुलिस के मुलाजमों और अधिकारियों द्वारा मोगा शहर और मोगा के जिले के अलग अलग गाँव में निकाला गया है। वहीं इस मौके पर एसपीडी हरिंदर पाल सिंह ने आम जनता से अपील की है कि वह अपने घरों में ही रहें। इसलिए ते नाल इहदा मैसेज भी देना चाहते हैं कि किसी को भी इजाजत नहीं दी जाएगी वो घरों को बाहर तुरे कर हथियार लैके तुरे कर। अगर वो यहोजा कार्रवाई कोई करते हैं ले फिरते हैं हथियार तो बहुत ही सख्त कार्रवाई उन्होंने खिलाफ। ਮੰਦਭਾਗਾ ਹੈ ਜਿਹੜਾ ਹਮਲਾ ਹੋਇਆ ਉਹਨਾਂ ਨੂੰ ਨਹੀਂ ਚਾਹੀਦਾ ਸੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਜਿਹੜੇ ਨਿਹੰਗ ਹੈਗੇ ਆ ਕਿ ਉਹ ਸਿਟੀਜ਼ਨ ਚੰਗੇ ਹੈਗੇ ਆ ਉਹਨਾਂ ਨੂੰ ਇੰਨਾ ਰਿਐਕਟ ਨਹੀਂ ਕਰਨਾ ਚਾਹੀਦਾ ਸੀ। ਅਗਰ ਪੁਲਿਸ ਨੇ ਰੋਕ ਲਿਆ ਸੀ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਅਤੇ ਉਹ ਕਿਸ ਕੰਮ ਦੇ ਲਈ ਆਏ ਆ ਕਿਸ ਮਜਬੂਰੀ ਕਰਕੇ ਆਏ ਉਹ ਬਿਲਕੁਲ ਉਹਨਾਂ ਨੂੰ ਦੱਸਣਾ ਚਾਹੀਦਾ ਸੀ। ਉਹਨਾਂ ਨੂੰ ਨਹੀਂ ਦੱਸਿਆ ਤਾਂ ਉਹ ਰਿਐਕਟ ਕਰਕੇ ਪੁਲਿਸ ਨੂੰ ਜਾ ਸਕਦਾ ਕੀ ਕਰਫਿਊ ਦੇ ਦੌਰਾਨ ਪ੍ਰਸ਼ਾਸਨ ਇਸ ਤਰ੍ਹਾਂ ਦੀ ਆਗਿਆ ਦਊਗਾ ਕੋਈ ਹਥਿਆਰ ਲੈ ਕੇ ਬਿਲਕੁਲ ਨਹੀਂ ਇਜਾਜ਼ਤ ਦਿੱਤੀ ਜਾਊਗੀ ਕਿਸੇ ਨੂੰ ਵੀ ਕੋਈ ਹਥਿਆਰ ਲੈ ਕੇ ਚੱਲੇ ਚਾਹੇ ਉਹ ਮਾਰੂ ਹੋਵੇ ਜਾਂ ਦੂਜੀ ਤਰ੍ਹਾਂ ਦਾ ਕੋਈ ਵੀ ਹਥਿਆਰ ਲੈ ਕੇ ਕਿਸੇ ਨੂੰ ਚੱਲਣ ਦੀ ਇਜਾਜ਼ਤ ਨਹੀਂ। ਆਵਾਜਾਈ ਦੀ ਗੱਲ ਕਰੀਏ ਤਾਂ ਕਰਫਿਊ ਲੱਗਾ ਹੋਇਆ ਸੋ ਆਵਾਜਾਈ ਜੜੀ ਹੋਈ ਹੈ। ਆਵਾਜਾਈ ਦੇ ਵਿੱਚ ਇਹ ਗੱਲ ਹੈਗੀ ਆ ਕਿ ਪ੍ਰਸ਼ਾਸਨ ਦੇ ਵੱਲੋਂ ਕੰਮ ਨੂੰ ਸੁਚਾਰੂ ਚਲਾਉਣ ਦੇ ਲਈ ਕੁਝ ਲੋਕਾਂ ਨੂੰ ਪਾਸ ਜਾਰੀ ਕੀਤੇ ਗਏ ਹੈਗੇ ਆ। ਉਹ ਲੋਕ ਨੂੰ ਅਲਾਓ ਕੀਤਾ ਗਿਆ ਡੀ ਸੀ ਸਾਹਿਬ ਵੱਲੋਂ ਉਹ ਲੋਕ ਆਉਂਦੇ ਜਾਂਦੇ ਹੈਗੇ ਆ ਉਹਦੇ ਕਰਕੇ ਤੁਹਾਨੂੰ ਲੱਗਦਾ ਹੈਗਾ ਕਿ ਕੁਝ ਲੋਕ ਸੜਕਾਂ 'ਤੇ ਪੁੱਜੇ। ਇੱਕ ਤਾਂ ਜਿਹੜੇ ਪ੍ਰਦੇਸ਼ੀ ਲੋਕ ਨੇ ਸਟੇਟ ਤੋਂ ਬਾਹਰ ਲੈ ਨੇ ਕਿਸੇ ਵੀ ਸੂਬੇ ਦੇ ਨੇ ਉਹਦੇ 'ਚ ਇਹ ਹੈਗਾ ਹੈ ਵੀ ਗਵਰਨਮੈਂਟਾਂ ਨੇ ਇਹ ਫੈਸਲਾ ਕੀਤਾ ਹੈ ਫਿਲਹਾਲ ਜਿੱਥੇ ਲੋਕ ਹੈਗੇ ਜਿੱਥੇ ਸਥਿਰ ਹੈਗੇ ਉੱਥੇ ਹੀ ਸਥਿਰ ਰਹਿਣ ਕਿਉਂਕਿ ਉਹ ਪਤਾ ਨਹੀਂ ਉਸ ਜਗ੍ਹਾ ਤੋਂ ਕਿੱਦਾਂ ਦਾ ਮਤਲਬ ਕਿ ਮਾਹੌਲ ਲੈ ਕੇ ਅੱਗੇ ਜਾ ਰਹੇ ਹੈਗੇ ਇਸ ਕਰਕੇ ਉੱਥੇ ਹੀ ਉਹਨਾਂ ਨੂੰ ਟ੍ਰੀਟ ਕੀਤਾ ਜਾਵੇ ਉੱਥੇ ਹੀ ਉਹਨਾਂ ਨੂੰ ਪਰਵਰਿਸ਼ ਉਹਨਾਂ ਦੀ ਕੀਤੀ ਜਾਵੇ। ਪ੍ਰਸ਼ਾਸਨ ਵੱਲੋਂ ਕੱਲ੍ਹ ਸੁਣਾਗਾ ਜੋ ਕੰਮ ਚੱਕਿਆ ਗਿਆ ਪ੍ਰਸ਼ਾਸਨ ਤੋਂ ਮੋਗੇ ਤੋਂ ਇਲਾਵਾ ਉਹਨਾਂ ਨੇ ਪਟਿਆਲਾ ਦੇ ਵਿੱਚ ਰਾਸ਼ਨ ਬਣਾ ਕੇ ਭੇਜਿਆ ਗਿਆ। ਇਹ ਐਸ ਐਸ ਪੀ ਸਾਹਿਬ ਦੀ ਗੱਲ ਹੋਈ ਸੀ ਐਸ ਐਸ ਪੀ ਸਾਹਿਬ ਬਟਾਲਾ ਦੇ ਨਾਲ ਕਿ ਉਹਨਾਂ ਨੂੰ ਵੀ ਇਹ ਦੱਸਿਆ ਜਾਵੇ ਵੀ ਕਿੱਦਾਂ ਇਹ ਕੰਮ ਕਰ ਰਹੇ ਹੈਗੇ ਮੋਗੇ ਵਾਲੇ ਇਸ ਕਰਕੇ ਐਸ ਐਸ ਪੀ ਸਾਹਿਬ ਨੇ ਇੱਕ ਡੈਮੋ ਦੇ ਤੌਰ 'ਤੇ ਸਮਝ ਲਓ ਕਿ ਭੇਜਿਆ ਗਿਆ ਹੈਗਾ ਰਾਸ਼ਨ।